ਕਿ ਜੇ ਸਰਕਾਰਾਂ ਜੇ ਦੀ ਮਰਜ਼ੀ ਤੋਂ ਬਿਨਾਂ ਉਹਦੇ ਰਾਜ ਦੇ ਵਿੱਚ ਇੱਕ ਚਿੜੀ ਵੀ ਫੰਗ ਨਹੀਂ ਮਾਰ ਸਕਦੀ ਹੈਗੀ। ਜੇ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ 1 ਜੂਨ ਨੂੰ ਅਤੇ 3-4 ਮਹੀਨੇ ਗੁਰੂ ਗ੍ਰੰਥ ਸਾਹਿਬ ਲੱਭਦੇ ਨਹੀਂ ਹੈਗੇ ਸਰਕਾਰ ਨੂੰ, ਅਤੇ ਇਹ ਕਿਵੇਂ ਮੰਨ ਲਈਏ ਕਿ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਹੋ ਗਿਆ? ਸੋ ਇਸ ਕਰਕੇ ਉਸ ਸਮੇਂ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਅਤੇ ਕੋਟਕਪੁਰਾ ਦਾ ਗੋਲੀਕਾਂਡ ਵਿੱਚ 2 ਨੌਜਵਾਨ ਸਾਥੀ ਵੀਰ ਮਾਰੇ ਗਏ ਸੀਗੇ, ਉਦੋਂ ਦਾ ਪੰਜਾਬ ਦੇ ਇਮੋਸ਼ਨਸ ਨੂੰ, ਪੰਜਾਬ ਦੇ ਲੋਕਾਂ ਦੇ ਇਮੋਸ਼ਨਸ ਨੂੰ ਭੜਕਾ ਕੇ ਆਪਦੀਆਂ, ਚਾਹੇ ਉਹ ਪਿਛਲੀ ਸਰਕਾਰ ਦੀ ਗੱਲ ਕਰ ਲਈ ਚਾਹੇ ਇਸ ਸਰਕਾਰ ਦੀ ਗੱਲ ਕਰ ਲਈ, ਸਾਰੇ ਆਪਦੇ ਫੇਲੀਅਰਸ ਨੇ ਜਿਹੜੀਆਂ ਨਾਕਾਮਯਾਬੀਆਂ ਨੇ ਉਹਨਾਂ ਨੂੰ ਪਿੱਛੇ ਸਿੱਟ ਕੇ ਪੰਜਾਬ ਦੀ ਰਾਜਨੀਤੀ ਨੂੰ ਸਿਰਫ ਔਰ ਸਿਰਫ ਇਸ ਇਸ਼ੂ ਦੇ ਉੱਪਰ ਕੇਂਦਰਿਤ ਜਿਹੜਾ ਕੀਤਾ ਜਾਂਦਾ ਰਿਹਾ। ਅੱਜ 4 ਸਾਲ ਹੋ ਗਏ ਨੇ ਕਿਸਾਨਾਂ ਦੀ ਗੱਲ, ਨੌਜਵਾਨਾਂ ਦੀ ਗੱਲ, ਪੰਜਾਬ ਦੇ 2.5 ਲੱਖ ਕਰੋੜ ਕਰਜ਼ੇ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਇਹ ਸਾਰਾ ਕੁਝ ਪਿੱਛੇ ਰਹਿ ਗਿਆ। ਸਿਰਫ ਔਰ ਸਿਰਫ ਰਾਜਨੀਤੀ ਹੈ ਜਿਹੜੀ ਉਹ ਇਸ ਦੇ ਉੱਪਰ ਚੱਲ ਰਹੀ ਹੈ। ਅੱਜ ਉਦੋਂ ਦੀ ਸਰਕਾਰ, ਅਕਾਲੀ ਭਾਜਪਾ ਸਰਕਾਰ, ਉਹ ਬੁਰੀ ਤਰ੍ਹਾਂ ਫੇਲ ਹੋਈ। ਉਹ ਹੁਣ ਦੀ ਸਰਕਾਰ ਹੈ ਉਹ ਬੁਰੀ ਤਰ੍ਹਾਂ ਫੇਲ ਹੋਈ। ਕਿੰਨੀਆਂ ਸਿੱਟਸ ਬਣ ਚੁੱਕੀਆਂ, ਕਿੰਨੇ FIRs ਦਰਜ ਹੋ ਚੁੱਕੀਆਂ, ਕਿੰਨੇ ਕਮਿਸ਼ਨ ਬਣ ਚੁੱਕੇ, ਪਰ ਪਤਨਾਲਾ ਉੱਥੇ ਦਾ ਉੱਥੇ, ਲੋਕਾਂ ਨੂੰ ਭੰਬਲ ਭੂਸੇ 'ਚ ਬਣਾ ਪਾ ਰੱਖਿਆ, ਬੇਵਕੂਫ ਬਣਾ ਰੱਖਿਆ, ਅਤੇ ਪਤਨਾਲਾ ਉੱਥੇ ਦਾ ਉੱਥੇ ਜਿੱਥੇ 4 ਸਾਲ ਪਹਿਲਾਂ ਖੜੇ ਸੀਗੇ ਉੱਥੇ ਖੜੇ। ਦੱਸੋ ਇੱਕ ਸਟੈਪ ਵੀ ਜਿਵੇਂ ਦੇ ਵਧੀ ਹੋਈ ਹੈ। CBI ਵੱਲੋਂ ਬੇਅਦਬੀ ਕਾਂਡ ਨੂੰ ਬੰਦ ਕਰਨ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ, ਸਾਡੇ ਨਾਲ ਨੇ ਅਮਨ ਅਰੋੜਾ, ਉਹ ਆਪਾਂ ਜਾਣਦੇ ਹਾਂ ਉਹਨਾਂ ਦਾ ਕੀ ਪੁਆਇੰਟ ਆਫ ਵਿਊ ਆ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਅਮਨ ਅਰੋੜਾ ਜੀ, ਕੀ ਕਹਿਣਾ ਆ CBI ਵੱਲੋਂ ਸਿਫਾਰਿਸ਼ ਕੀਤੀ ਜਾ ਰਹੀ ਆ, ਉਧਰ ਰੰਧਾਵਾ ਵੀ ਜਿਹੜਾ ਉਹਨਾਂ ਮੰਤਰੀ ਦਾ ਕਹਿਣਾ ਆ ਕਿ ਕਿਤਨਾ ਕਿਤੇ ਹਰਿਆਣਾ ਸਰਕਾਰ ਨੂੰ ਖੁਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਕਰਕੇ ਚੋਣਾਂ ਕਰਕੇ ਹੈ? ਦੇਖੋ, ਮੈਂ ਇਹ ਮੰਨ ਕੇ ਚੱਲਦਾ ਕਿ ਪਿਛਲੇ 4 ਸਾਲਾਂ ਦੇ ਵਿੱਚ ਜਦੋਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਕੋਟਕਪੁਰਾ ਦਾ ਗੋਲੀਕਾਂਡ ਵਿੱਚ 2 ਨੌਜਵਾਨ ਸਾਥੀ ਵੀਰ ਮਾਰੇ ਗਏ ਸੀਗੇ, ਉਦੋਂ ਦਾ ਪੰਜਾਬ ਦੇ ਇਮੋਸ਼ਨਸ ਨੂੰ, ਪੰਜਾਬ ਦੇ ਲੋਕਾਂ ਦੇ ਇਮੋਸ਼ਨਸ ਨੂੰ ਭੜਕਾ ਕੇ ਆਪਦੀਆਂ, ਚਾਹੇ ਉਹ ਪਿਛਲੀ ਸਰਕਾਰ ਦੀ ਗੱਲ ਕਰ ਲਈ ਚਾਹੇ ਇਸ ਸਰਕਾਰ ਦੀ ਗੱਲ ਕਰ ਲਈ, ਸਾਰੇ ਆਪਦੇ ਫੇਲੀਅਰਸ ਨੇ ਜਿਹੜੀਆਂ ਨਾਕਾਮਯਾਬੀਆਂ ਨੇ ਉਹਨਾਂ ਨੂੰ ਪਿੱਛੇ ਸਿੱਟ ਕੇ ਪੰਜਾਬ ਦੀ ਰਾਜਨੀਤੀ ਨੂੰ ਸਿਰਫ ਔਰ ਸਿਰਫ ਇਸ ਇਸ਼ੂ ਦੇ ਉੱਪਰ ਕੇਂਦਰਿਤ ਜਿਹੜਾ ਕੀਤਾ ਜਾਂਦਾ ਰਿਹਾ। ਅੱਜ 4 ਸਾਲ ਹੋ ਗਏ ਨੇ ਕਿਸਾਨਾਂ ਦੀ ਗੱਲ, ਨੌਜਵਾਨਾਂ ਦੀ ਗੱਲ, ਪੰਜਾਬ ਦੇ 2.5 ਲੱਖ ਕਰੋੜ ਕਰਜ਼ੇ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਇਹ ਸਾਰਾ ਕੁਝ ਪਿੱਛੇ ਰਹਿ ਗਿਆ। ਸਿਰਫ ਔਰ ਸਿਰਫ ਰਾਜਨੀਤੀ ਹੈ ਜਿਹੜੀ ਉਹ ਇਸ ਦੇ ਉੱਪਰ ਚੱਲ ਰਹੀ ਹੈ। ਅੱਜ ਉਦੋਂ ਦੀ ਸਰਕਾਰ, ਅਕਾਲੀ ਭਾਜਪਾ ਸਰਕਾਰ, ਉਹ ਬੁਰੀ ਤਰ੍ਹਾਂ ਫੇਲ ਹੋਈ। ਉਹ ਹੁਣ ਦੀ ਸਰਕਾਰ ਹੈ ਉਹ ਬੁਰੀ ਤਰ੍ਹਾਂ ਫੇਲ ਹੋਈ। ਕਿੰਨੀਆਂ ਸਿੱਟਸ ਬਣ ਚੁੱਕੀਆਂ, ਕਿੰਨੇ FIRs ਦਰਜ ਹੋ ਚੁੱਕੀਆਂ, ਕਿੰਨੇ ਕਮਿਸ਼ਨ ਬਣ ਚੁੱਕੇ, ਪਰ ਪਤਨਾਲਾ ਉੱਥੇ ਦਾ ਉੱਥੇ। ਔਰ ਇਸ ਸਮੇਂ ਦੇ ਦੌਰਾਨ ਜਿੱਥੇ ਪੰਜਾਬ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਰੱਖਿਆ ਗਿਆ, ਅੱਜ 3 ਕੀਮਤੀ ਜਾਨਾਂ ਨੇ ਜਿਹੜੀਆਂ, ਉਹ ਚਾਹੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਗੱਲ ਕਰ ਲਈਏ, ਭਾਈ ਗੁਰਜੀਤ ਸਿੰਘ ਦੀ ਗੱਲ ਕਰ ਲਈ, ਅਤੇ ਚਾਹੇ 15 ਦਿਨ ਪਹਿਲਾਂ ਮਹਿੰਦਰਪਾਲ ਬਿੱਟੂ ਦਾ ਜੋ ਜੇਲ੍ਹ ਦੇ ਵਿੱਚ ਕਤਲ ਹੋਇਆ, 3 ਬੇਸ਼ਕੀਮਤੀ ਜਾਨਾਂ ਨੇ ਜਿਹੜੀਆਂ ਉਹ ਇਸ ਇਸ਼ੂ ਦੇ ਉੱਪਰ, ਉਹ ਜਾਨਾਂ ਨੇ ਜਿਹੜੀਆਂ ਜਾ ਚੁੱਕੀਆਂ ਨੇ। ਅਲਟੀਮੇਟਲੀ ਜਦੋਂ ਕਿਸੇ ਦੀ ਇਨਸਾਨੀ ਜਾਨ ਜਾਂਦੀ ਹੈ, ਉਹ ਕਿਸੇ ਦਾ ਪੁੱਤ ਹੋਊਗਾ, ਕਿਸੇ ਦਾ ਭਰਾ ਹੋਊਗਾ, ਕਿਸੇ ਦਾ ਪਿਓ ਹੋਊਗਾ, ਕਿਸੇ ਦਾ ਸੁਹਾਗ ਹੋਊਗਾ। ਅਤੇ ਜੇ ਅੱਜ 4 ਸਾਲਾਂ ਦੇ ਬਾਅਦ ਵੀ ਪੰਜਾਬ ਸਰਕਾਰ ਔਰ CBI ਉੱਥੇ ਹੀ ਖੜ੍ਹੇ ਨੇ, ਅਤੇ ਫਿਰ ਇਸ ਗੱਲ ਦਾ ਜਵਾਬ ਕੌਣ ਦਊਗਾ ਕਿ ਉਹ ਬੇਅਦਬੀ ਕਿਹਨੇ ਕੀਤੀ? ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਇਹ ਦੋਸ਼ੀ ਹੈ ਜਾਂ ਨਿਰਦੋਸ਼ ਹੈ, ਕਿਉਂਕਿ ਨਾ ਮੈਂ ਇਹ ਕਹਿਣ ਦੀ ਕਪੈਸਿਟੀ 'ਚ ਨਹੀਂ ਹੈਗਾ, ਨਾ ਤੁਸੀਂ ਹੋ ਭਾਈ ਸਾਹਿਬ। ਇਹ ਕੰਮ ਹੈ ਇਨਵੈਸਟੀਗੇਸ਼ਨ ਏਜੰਸੀਜ਼ ਦਾ, ਇਹ ਕੰਮ ਹੈ ਪੁਲਿਸ ਦਾ, ਇਹ ਕੰਮ ਹੈ ਸਿੱਟ ਦਾ, ਇਹ ਕੰਮ ਹੈ ਜੱਜ ਦਾ, ਇਹ ਤੈਅ ਕਰਨਾ ਕਿ ਕੌਣ ਦੋਸ਼ੀ ਹੈ ਅਤੇ ਕੌਣ ਨਿਰਦੋਸ਼ ਹੈ। ਪਰ ਇਹ ਕੀ ਕੰਮ ਹੋਇਆ ਕਿ 4 ਸਾਲਾਂ ਦਾ ਪਾਣੀ 'ਚ ਮਧਾਣੀ ਪਾ ਰੱਖੀ ਹੈ, ਕੋਈ ਕਿਸੇ ਨੂੰ ਦੋਸ਼ੀ ਦੱਸਦਾ, ਕੋਈ ਕਿਸੇ ਨੂੰ ਦੋਸ਼ੀ ਦੱਸਦਾ, ਕੋਈ ਕਿਸੇ ਨੂੰ ਨਿਰਦੋਸ਼ ਦਾ ਸਰਟੀਫਿਕੇਟ ਦਿੰਦਾ, ਕੋਈ ਕਿਸੇ ਨੂੰ ਨਿਰਦੋਸ਼ ਦਾ ਸਰਟੀਫਿਕੇਟ ਦਿੰਦਾ, ਕਦੇ ਸਿੱਟ ਬਣ ਜਾਂਦੀ ਹੈ, ਕਦੇ ਕਮਿਸ਼ਨ ਬਣ ਜਾਂਦਾ, ਕਦੇ ਫਾਈਲਾਂ ਨੇ ਜਿਹੜੀਆਂ CBI ਕੋਲ ਚਲੀਆਂ ਜਾਂਦੀਆਂ ਨੇ, ਕਦੇ CBI ਕੋਲ ਵਾਪਸ ਆ ਜਾਂਦੀਆਂ ਨੇ। ਲੋਕਾਂ ਨੂੰ ਭੰਬਲ ਭੂਸੇ 'ਚ ਬਣਾ ਪਾ ਰੱਖਿਆ, ਬੇਵਕੂਫ ਬਣਾ ਰੱਖਿਆ, ਅਤੇ ਪਤਨਾਲਾ ਉੱਥੇ ਦਾ ਉੱਥੇ ਜਿੱਥੇ 4 ਸਾਲ ਪਹਿਲਾਂ ਖੜੇ ਸੀਗੇ ਉੱਥੇ ਖੜੇ। ਦੱਸੋ ਇੱਕ ਸਟੈਪ ਵੀ ਜਿਵੇਂ ਦੇ ਵਧੀ ਹੋਈ ਹੈ? ਤੁਸੀਂ ਕਹਿ ਰਹੇ ਹੋ ਪਤਨਾਲਾ ਉੱਥੇ ਦਾ ਉੱਥੇ, ਅਜੇ ਰਾਜਨੀਤੀ ਦੀ ਗੱਲ ਕਰ ਲਈਏ, ਇਸ ਮੁੱਦੇ ਨੂੰ ਲੈ ਕੇ ਬੜੀ ਵੱਡੀ ਰਾਜਨੀਤੀ ਹੁੰਦੀ ਸੀ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਾਂ ਕਾਂਗਰਸ ਦੀ ਗੱਲ ਕਰ ਲਈਏ, ਤਾਂ ਪੂਰਨ ਰੂਪ ਵਿੱਚ ਇਹਦੇ ਵਿੱਚ ਦੋਸ਼ ਲਾਏ ਜਾਂਦੇ ਸੀ ਅਕਾਲੀਆਂ ਨੇ ਕਰਵਾਏ ਆ, ਅਕਾਲੀਆਂ ਦੇ ਸਮੇਂ ਹੋਏ ਆ। ਇਹਦਾ ਮਤਲਬ ਮੰਨ ਲਈਏ, ਮੰਨ ਲਿਆ ਜਾਵੇ ਕਿ ਅਕਾਲੀ ਫਾਰਗ ਨੇ ਇਸ ਤੋਂ, ਅਕਾਲੀ ਬਿਲਕੁਲ ਕਲੀਨ ਚਿੱਟ ਮਿਲ ਚੁੱਕੀ ਉਹਨਾਂ ਨੂੰ? ਕਿਹਦੇ ਵੱਲੋਂ? ਅਸੀਂ ਤਾਂ ਨਹੀਂ ਦੇ ਰਹੇ ਹੈਗੇ। ਸੁਣੋ, ਸਾਡੇ ਵੱਲੋਂ ਮੈਂ ਤੁਹਾਨੂੰ ਫਿਰ ਦੁਬਾਰਾ ਕਹਿਣਾ, ਮੈਂ ਇਹ ਮੰਨ ਕੇ ਚੱਲਦਾ ਮੈਂ ਕਲੀਨ ਚਿੱਟ ਦੇਣ ਵਾਲਾ ਨਾ ਜਾਂ ਦੋਸ਼ੀ ਠਹਿਰਾਉਣ ਵਾਲਾ ਕੋਈ ਨਹੀਂ ਹੈਗਾ। ਇਹ ਤੈਅ ਕਰਨਾ ਪੰਜਾਬ ਦੇ ਲੋਕਾਂ ਨੇ ਅਤੇ ਉਸ ਪਰਮਾਤਮਾ ਨੇ ਅਤੇ ਜਾਂ ਕੋਟਾਂ ਨੇ। ਪਰ ਜਿੱਥੇ ਤੱਕ ਸਵਾਲ ਹੈ ਗਵਰਨੈਂਸ ਦਾ, ਮੈਂ ਇਹ ਮੰਨ ਕੇ ਚੱਲਦਾ ਕਿ ਜੇ ਸਰਕਾਰਾਂ ਜੇ ਦੀ ਮਰਜ਼ੀ ਤੋਂ ਬਿਨਾਂ ਉਹਦੇ ਰਾਜ ਦੇ ਵਿੱਚ ਇੱਕ ਚਿੜੀ ਵੀ ਫੰਗ ਨਹੀਂ ਮਾਰ ਸਕਦੀ ਹੈਗੀ। ਜੇ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ 1 ਜੂਨ ਨੂੰ ਅਤੇ 3-4 ਮਹੀਨੇ ਗੁਰੂ ਗ੍ਰੰਥ ਸਾਹਿਬ ਲੱਭਦੇ ਨਹੀਂ ਹੈਗੇ ਸਰਕਾਰ ਨੂੰ, ਅਤੇ ਇਹ ਕਿਵੇਂ ਮੰਨ ਲਈਏ ਕਿ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਹੋ ਗਿਆ? ਸੋ ਇਸ ਕਰਕੇ ਉਸ ਸਮੇਂ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ।
ते जिहड़ा इशारा ला लो जिहड़ा दोष ला लो जिहड़ा जिम्मेवारी ला लो वह तो उस समय की सरकार की और अकाली दल की ही बनती है ना। पर इस नूं मैं फिर दोबारा उही कहना ये सिर्फ सियासी गल्लां ने, इस चीज़ नूं एस्टैबलिश कौन करूगा, इस चीज़ नूं दुध दा दुध पानी दा पानी तत्थ कढ के बाहर दोषियों को सज़ा कौन दूगा, वो तो कम सीबीआई का इन्वेस्टिगेशन एजेंसी का कोर्ट का ना जी। तो ये सारे दे सारे मिजरेबली फेल होए रहे ते अज मुड़ के दोबारा पंजाब उत्थे आके हट गया। इतों हट के सवाल करते हैं, मोगा दे विच जिहड़ा रोस किया जाता धरना दिता जाता है, अमन अरोड़ा उत्थे नहीं पहुँचते, बाद चो हरपाल चीमा का कहना कि फोन करना भुल गया, तुसीं खुद ये गल कहने हो कि 11 बंदे रह गए, 11 बंदे च कोआर्डीनेशन नहीं है, ये कमी कित्थे आ रही है? देखो ये गल नूं वैसे तो मैं बेनती की सी तुहानूं कि अज ये इशू, क्योंकि अज जिहड़ा वड्डा इशू है पंजाब दा उहदे बारे डिस्कस करना सीगा। पहला 3-4 दिन ऑलरेडी काफ़ी पानी च मधाणी है जिहड़ी राई दा पहाड़ है इस मसले दे उपर बन चुकिया, पर तुसीं सवाल कीता मैं दस देना। मैं सिर्फ और सिर्फ इन्ना कहना चाहुंदा कि जिहड़ा मोगे वाला धरना सीगा उहदे वास्ते मैनू कल सी उह मैनू परसों शामी देर शामी फोन आया सीगा, पर मैं आपदी मजबूरी दस दित्ती सी कि मैं ऑलरेडी कई अफसरां तों ते होर कई जगह मैं जाणा क्योंकि हल्के दे जिहड़े लोकां दे काम ने उह मैनू कल फ्राइडे होण करके मैनू चंडीगढ़ दे विच मेरी जिहड़ी एंगेजमेंट सी उह काफ़ी ज़्यादा सीगा। डेफिनेटली यस, उस तों 3 दिन पहला पिछले ट्यूजडे एक मीटिंग होई सीगी, जदों मीटिंग तों बाद मेरे को तुहाडे वर्गे मीडिया दे भरा मिलन आए ते उहनां ने कहा कि अज्ज आम आदमी पार्टी MLA दी मीटिंग सी, चीमा जी ने बुलाई सी ते की बणिया उस दे विच, मैं कहा जी कि मीटिंग सी, मैंने तो वो बारे कोई इनफॉर्मेशन नहीं हैगी। उत्थों यह गल चली सी और उस चीज़ से मैं तकलीफ भी जरूर हुई सी कि एक अज 20 दे विचों असीं महज 11 MLA रह गए, तो जे 11 MLAs नूं भी 10 नूं भी प्रॉपरली सुनेहा नहीं लगता है तो फिर पंजाब के लखां लोकां तक असीं पार्टी का सुनेहा लैके किवें जावांगे, अरविंद जी का सुनेहा लैके किवें जावांगे, तो उन्होंने लखां लोकां दे जिहड़े मसले ने वह सरकार तक किवें लैके आवांगे। मैं समझदा कि जिन्नी बेहतर कोआर्डीनेशन साडे च आपस दे विच होऊगी उन्ना पंजाब दा भला है, उन्ना आम आदमी पार्टी दा भला है, उन्ना साडा सारयां दा भला है, ते साडे नाल जिहड़े लखां लोक जुड़े ने उन्हां दा भला है। सो इह बेटर कोआर्डीनेशन दे लई सानूं किसे ने अकाली ने जां कांग्रेस ने तां अगे दसना नहीं हैगा, जिथे सानूं कमी पेशी नज़र आऊगी साडी उहनूं असीं ही दूर करना, इह साडी जिम्मेवारी है क्योंकि लोकां ने जिम्मेवारी सौंपी है।